केपीडी न्यूज हक सच और इंसाफ की आवाज। केपीडी न्यूज हक सच और इंसाफ की आवाज। आज बुढ़लाडा विच ਬਿਕਰਮਜੀਤ ਸਿੰਘ ਮਜੀਠੀਆ ਨੇ ਨੌਜਵਾਨਾਂ ਦੇ ਵਿਸ਼ਾਲ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਸਮੇਂ ਸਿੱਖਾਂ ਦੀ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਤੋਪਾਂ ਨਾਲ ਹਮਲੇ ਕਰਵਾਏ ਗਏ ਸਨ ਨੂੰ ਕਦੇ ਵੀ ਪੰਜਾਬ ਦੀ ਜਨਤਾ ਭੁੱਲ ਨਹੀਂ ਸਕਦੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੀ ਆੜ ਹੇਠ ਲੱਖਾਂ ਨੌਜਵਾਨਾਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਉਹਨਾਂ ਕਿਹਾ ਕਿ ਅੱਜ ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਨਾਲ ਧੋਖਾ ਅਤੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੇ ਹਨ। ਮਜੀਠੀਆ ਨੇ ਪੰਜਾਬ ਦੀ ਜਨਤਾ ਨੂੰ ਹੋਕਾ ਦਿੱਤਾ ਕਿ ਪੰਜਾਬ ਦੀ ਕੈਪਟਨ ਸਰਕਾਰ ਅਤੇ ਕਾਂਗਰਸੀਆਂ ਤੋਂ ਮੰਗ ਕਰੋ ਕਿ ਸਾਡਾ ਹੱਕ ਇੱਥੇ ਰੱਖ। ਜੇ ਸਾਡੇ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ 90,000 ਕਰੋੜ ਰੁਪਏ ਦੀ ਆੜ੍ਹਤੀਆਂ ਅਤੇ ਬੈਂਕਾਂ ਦੇ ਕਰਜ਼ਾ ਮੁਆਫ਼ੀ ਦੀ ਗੱਲ ਕੀਤੀ ਸੀ, ਪਰ ਕਰਜ਼ਾ ਮੁਆਫ਼ ਤਾਂ ਕੀ ਕਰਨਾ ਸੀ, ਸਗੋਂ ਕਾਂਗਰਸ ਸਰਕਾਰ ਦੇ 2 ਸਾਲਾਂ ਵਿੱਚ ਖੁਦਕੁਸ਼ੀਆਂ ਦੇ ਅੰਕੜੇ ਮਾਲਵੇ ਦੇ ਬਠਿੰਡੇ ਮਾਨਸਾ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ। ਬੁਢਲਾਡਾ ਤੋਂ ਅਮਨ ਮਹਿਤਾ ਅਤੇ ਅਮਿਤ ਜਿੰਦਲ ਦੀ ਰਿਪੋਰਟ। ਲੋਕਾਂ ਨਾਲ ਬੇਇਨਸਾਫੀ ਕਰਕੇ, ਲੋਕਾਂ ਦਾ ਜਿਨ੍ਹਾਂ ਨੇ ਹਾਲ ਨਹੀਂ ਪੁੱਛਿਆ, ਇੰਨੇ ਪੀੜ੍ਹੀ ਦਰ ਪੀੜ੍ਹੀ ਅੱਜ ਘਬਰਾਹਟ, ਅੱਜ ਹਾਰ ਸਾਹਮਣੇ ਦਿਸਦੀ ਹੈ, ਇਸ ਲਈ ਉਹ ਆਪਦੀ ਜੱਦੀ ਸੀਟ ਨੂੰ ਛੱਡ ਕੇ ਭੱਜਣ ਦਾ ਹੀ ਕੰਮ ਕੀਤਾ। ਜਦੋਂ ਸੀਟ ਕੋਈ ਹੋਰ ਸ਼੍ਰੀ ਹਰਿਮੰਦਰ ਸਾਹਿਬ 'ਤੇ ਨਤਮਸਤਕ ਹੋ ਕੇ ਆਸਥਾ ਰੱਖਣ ਵਾਲੇ ਲੋਕਾਂ ਕੋਲੋਂ, ਜਿਨ੍ਹਾਂ ਨੇ ਪੋਸਟਰ ਕਾਂਗਰਸੀਆਂ ਨੇ ਚਲਾਏ ਹੈ ਪ੍ਰਿਯੰਕਾ ਗਾਂਧੀ ਦੇ, ਇੰਦਰਾ ਇਜ਼ ਬੈਕ, ਇੰਦਰਾ ਦਾ ਵਾਪਸ ਆਉਣਾ ਪੰਜਾਬ ਦੇ ਮੇਰਾ
2017 ਦੀ ਚੋਣ ਹੋ ਕੇ ਹਟੀ ਹੈ ਉਦੋਂ ਹਾਲਾਤ ਹੀ ਕੁਛ ਇਹੋ ਜਿਹੇ ਬਣਾਤੇ ਗਏ ਸਨ। ਪ੍ਰਚਾਰ ਇਹ ਜਿਹਾ ਕਰਤਾ ਗਿਆ ਸੀ ਕਿ ਜਿਹੜੇ ਲੋਕ ਵੱਖ ਵੱਖ ਚਿਹਰੇ ਪਾਈ ਫਿਰਦੇ ਸਨ, ਅੱਜ 2 ਸਾਲਾਂ ਚ ਉਹ ਵੀ ਬੇਨਕਾਬ ਹੋ ਗਏ ਹੈ। ਖੜਿਆ ਨੇ ਕਿਹਾ ਕਿ ਝਾੜੂ ਦੀ ਮਰਿਆਦ 12 ਲੰਬਾ ਸਮਾਂ ਨਹੀਂ ਹੁੰਦੀ, ਘਰਾਂ ਚ ਤੁਸੀਂ ਝਾੜੂ ਵਰਤਦੇ ਹੋ ਤੇ ਤੁਸੀਂ ਇਸ ਗੱਲ ਨੂੰ ਮੇਰੇ ਤੋਂ ਬਿਲਕੁਲ ਸਮਝਦੇ ਹੋ। ਅੱਜ ਉਹ ਝਾੜੂ ਤੀਲਾ ਤੀਲਾ ਹੋਇਆ ਫਿਰਦਾ ਹੈ। ਗੱਲਾਂ ਇੱਕ ਨਾਲ ਨਹੀਂ, ਦੇਸ਼ ਦੁਨੀਆਂ ਦੇ ਲੋਕਾਂ ਨਾਲ ਧੋਖਾ ਕਰਨ ਦਾ ਕੰਮ ਕੀਤਾ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਡਾਕਟਰ ਸਾਹਿਬ ਭਾਵੇਂ ਕੁਛ ਵੋਟਾਂ ਨਾਲ ਪਿੱਛੇ ਰਹਿ ਗਏ, ਮਗਰ ਤੁਸੀਂ ਇਹਨਾਂ ਨੂੰ ਥੋੜੇ ਦਿਨਾਂ ਚ ਕੈਂਡੀਡੇਟ ਦੇ ਰੂਪ ਚ ਆਏ ਸਨ ਤੇ ਬਹੁਤ ਵੱਡੀ ਗਿਣਤੀ ਚ ਤੁਸੀਂ ਇਹਨਾਂ ਨੂੰ ਵੋਟਾਂ ਦਿੱਤੀਆਂ ਤੇ ਮੈਨੂੰ ਲੱਗਦਾ ਡਾਕਟਰ ਸਾਹਿਬ ਤੋਂ ਤਾਂ 1400-1500 ਵੋਟ ਦਾ ਫਰਕ ਸੀ। ਜੇ 750 ਇੱਧਰ ਨੂੰ ਪੈ ਜਾਂਦੀ ਤੇ ਅੱਜ ਵਿਧਾਨ ਸਭਾ ਚ ਤੁਹਾਡਾ ਜਿਹੜਾ ਪੰਜਾਬੀਆਂ ਦੇ ਇਨਸਾਫ ਪਸੰਦ ਲੋਕਾਂ ਦੇ ਨੂਰ ਛਿੜਕਣ ਦਾ ਕੰਮ ਕੀ ਕਰ ਰਹੇ ਆ, ਆ ਪ੍ਰਿਯੰਕਾ ਗਾਂਧੀ ਨੂੰ ਲੈ ਕੇ ਆਇਆ ਤੇ ਇੰਦਰਾ ਉੱਤੇ ਲਿਖਿਆ ਇੰਦਰਾ ਇਸ ਬੈਕ ਪ੍ਰਿਯੰਕਾ ਗਾਂਧੀ ਦੇ ਰੂਪ ਚ ਕੀ ਕਹਿੰਦੇ ਆ ਕਿ ਇੰਦਰਾ ਵਾਪਸ ਆ ਗਈ ਆ। ਆ ਦੂਜਾ ਪੋਸਟਰ ਹੈ ਇਹਦੇ ਚ ਕਾਂਗਰਸੀ ਕਹਿੰਦੇ ਪ੍ਰਿਯੰਕਾ ਨਹੀਂ ਇਹ ਗਾਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ। ਤੇ ਭਰਾਵੋ ਇੰਦਰਾ ਗਾਂਧੀ ਨੇ ਕੀ ਕੀਤਾ ਸੀ ਪੰਜਾਬ ਚ, ਸ੍ਰੀ ਹਰਿਮੰਦਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਤੇ ਸਰਬੱਤ ਦੇ ਭਲੇ ਮੰਗਣ ਵਾਲੀ ਉਸ ਵੱਡੀ ਪਵਿੱਤਰ ਏਡੀ ਗੁਰੂ ਦੀ ਬਖਸ਼ਿਸ਼ ਵਾਲੀ ਉਸ ਜਗ੍ਹਾ ਤੇ ਨਗਰੀ ਤੇ ਟੈਂਕਾਂ ਤੋਪਾਂ ਨਾਲ ਬੰਬ ਸਿੱਟੇ ਉਸ ਜਗ੍ਹਾ ਨੂੰ ਅਪਮਾਨਿਤ ਕੀਤਾ। ਅੱਜ ਫੇਰ ਪੰਜਾਬੀਆਂ ਦੇ ਅਪਮਾਨ ਕਰਦੇ ਰੂਪ ਚ ਕਹਿੰਦੇ ਆ ਕਿ ਹੁਣ ਇੰਦਰਾ ਗਾਂਧੀ ਆਈ ਹੈ। ਇਹ ਪੰਜਾਬੀ ਨੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਬਣੇ ਪ੍ਰਭੂ ਨਾ ਛਾਹੇ। ਪੁਰਜਿਆਂ ਦੀ ਧਰਤੀ ਤੋਂ ਢਾਡੀਆਂ ਦੀਆਂ ਮਾਰਾਂ ਨਹੀਂ ਚੱਲੀਆਂ, ਉੱਥੇ ਗੀਤ ਵੀ ਗਾਉਂਦੇ ਸਨ। ਫੇਰ ਕਰਜਾ ਪੁਰਜੀ ਦਾ ਪ੍ਰੋਗਰਾਮ ਮੈਨੂੰ ਇਹ ਨਹੀਂ ਸਮਝ ਆਉਂਦੀ ਸੀ ਕਿ ਇਹ ਕਿਸਾਨਾਂ ਦੇ ਭਲੇ ਦਾ ਪ੍ਰੋਗਰਾਮ ਹੈ ਕਿ ਕਾਂਗਰਸੀਆਂ ਦੇ ਮਨੋਰੰਜਨ ਦਾ ਪ੍ਰੋਗਰਾਮ ਸੀ। ਅੱਜ ਜੋ ਯੂਥ ਅਕਾਲੀ ਦਲ ਦੀ 4 ਤਰੀਕ ਦੀ ਰੈਲੀ ਆ, ਬਹੁਤ ਭਰਮੀ ਰੈਲੀ ਆ ਇਹ, ਬਹੁਤ ਚੱਲ ਕੇ ਲੋਕ ਆਏ ਨੇ। ਇਸ ਇਕੱਠ 10 ਦਾ ਠਾਠਾ ਮਾਰਦਾ ਇਕੱਠ ਵੀ ਕਾਂਗਰਸ ਤੋਂ ਲੋਕ ਅੱਕੇ ਹੋਏ ਨੇ, ਜੋ ਵੀ 2-2.5 ਸਾਲ 'ਚ ਇਹਨਾਂ ਨੇ ਕੋਈ ਕਾਰਗੁਜ਼ਾਰੀ ਨਹੀਂ ਕਰੀ। ਜੋ ਗਰੀਬਾਂ ਦਾ ਆਟਾ ਦਾਲ ਸਕੀਮ ਸੀ ਉਹ ਬੰਦ ਕਰੀ, ਬੁਢੇਪਾ ਪਿਲਸਣਾ ਬੰਦ ਕਰੀਆਂ, ਰੁਜ਼ਗਾਰ ਕੋਈ ਨਹੀਂ ਲਾਇਆ, ਅਤੇ ਬਲਾਡਾ ਹਲਕੇ ਦਾ ਤਾਂ ਕੋਈ ਵੀ ਸੁਧਾਰ ਨਹੀਂ ਕੀਤਾ, ਕੋਈ 4 ਪੈਸੇ ਕਿਸੇ ਪਾਸੋਂ ਨਹੀਂ ਆਏ। ਇਸ ਕਰਕੇ ਹਰੇਕ ਬੰਦਾ ਚਾਹੁੰਦਾ ਵੀ ਬੀਬਾ ਹਰਸਿਮਰ ਕੌਰ ਇੱਥੋਂ ਚੋਣ ਲੜਨ ਅਤੇ ਵੱਡੀ ਨੀਡ 'ਤੇ ਅਸੀਂ ਬਲਾਡਾ ਹਲਕੇ ਵਾਲੇ ਜਿਤਿਆਵਾਂਗੇ। ਜੋ ਓਕੇ, ਧੰਨਵਾਦ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਜ ਜੋ ਬੁਢਲਾਡਾ ਵਿਖੇ ਰੈਲੀ ਹੋ ਰਹੀ ਆ, ਅੱਜ ਪੰਜਾਬ ਦਾ ਨੌਜਵਾਨ, ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ, ਵਪਾਰੀ ਵਰਗ ਸਾਰੇ ਹੀ ਇਹ ਸਰਕਾਰ ਤੋਂ ਠੱਗੇ ਮਹਿਸੂਸ ਕਰ ਰਹੇ ਨੇ। ਜੋ ਯੂਥ ਨੂੰ ਵੀ ਲਾਰਾ ਲਾਇਆ ਸੀ ਮੋਬਾਈਲ ਦੇਵਾਂਗੇ, ਤੁਹਾਨੂੰ ਨੌਕਰੀਆਂ ਦੇਵਾਂਗੇ, ਘਰ ਘਰ ਕਿਸਾਨਾਂ ਨੂੰ ਲਾਇਆ ਵੀ ਤੁਹਾਡਾ ਕਰਜ਼ਾ ਮਾਫ਼ ਕਰ ਦਿਆਂਗੇ, ਆੜ੍ਹਤੀਆਂ ਦਾ ਕਰਜ਼ਾ ਮਾਫ਼ ਕਰ ਦਿਆਂਗੇ। ਐਸੀ ਭਾਈਚਾਰੇ ਨੂੰ ਕਿਹਾ ਗਿਆ ਤੁਹਾਨੂੰ ਆਟੇ ਦਾਲ ਦੇ ਨਾਲ ਖੰਡ ਪੱਤੀ ਚਾਹ ਗੁੜ ਵੀ ਦੇਵਾਂਗੇ ਅਤੇ ਘਿਓ ਵੀ ਦੇਵਾਂਗੇ 51। ਸੱਚ ਤੋਂ ਆਬਾਦੀ ਤੱਕ ਤਾਂ ਦੇ ਨਹੀਂ ਸੀਗੇ ਆਖਰ, ਹੁਣ ਤਾਂ ਵੀ ਆਬਾਦੀ ਕਿਤੇ ਵੀ
ਪੰਜਾਬ ਦੀ ਆਬਾਦੀ 25 ਕਰੋੜ ਸੀ ਜਿਸ ਵੇਲੇ ਅਸੀਂ ਪੜ੍ਹਦੇ ਸੀ ਕਾਲਜ ਵਿੱਚ, ਅੱਜ ਪੰਜਾਬ ਦੀ ਆਬਾਦੀ 3 ਕਰੋੜ ਬਣ ਗਈ। ਜੇ 25 ਕਰੋੜ ਪਹਿਲੇ ਕਾਂਗਰਸ ਨੇ 30 ਸਾਲ ਰਾਜ ਕੀਤਾ ਨਹੀਂ ਦੇ ਸਕੀ, ਹੁਣ 3 ਕਰੋੜ ਤੱਕ ਕਿਵੇਂ ਦੇ ਦੂ? ਪਰ ਛੱਡ ਦਿਓ, ਕਹਿਤਾ ਮੰਨ ਲਈ। ਪੰਜਾਬ ਦਾ 13,000 ਪਿੰਡ ਹੈ, ਸ਼ਹਿਰ ਅੱਜ ਨੇ ਜਿਵੇਂ ਆਪਣਾ ਬਠਿੰਡਾ ਸ਼ਹਿਰ ਆ, 2 ਲੱਖ ਦੀ ਆਬਾਦੀ ਹੈ, 2 ਲੱਖ ਦੀ ਆਬਾਦੀ ਨੂੰ ਮੱਧ ਤੇ ਵੱਧਦੇ 40,000 ਘਰ ਬਣ ਗਿਆ। ਮਾਨਸਾ ਲੱਗ ਜੀ ਆ 20,000 ਘਰ ਬਣ ਗਿਆ, ਤੁਹਾਡੇ 50,000 ਦੀ ਆ 10,000 ਘਰ ਬਣ ਗਿਆ, ਸ਼ਹਿਰ ਵੀ ਕੱਢ ਦਿਓ। ਜੇ 13,000 ਇਕੱਲੇ ਪਿੰਡ ਰੱਖ ਲਈਏ, ਕੋਈ ਪਿੰਡ 1500 ਘਰ ਦਾ, ਕੋਈ 500 ਦਾ, ਕੋਈ 3,000 ਘਰ ਦਾ, ਬੜੇ ਬੜੇ ਪਿੰਡ ਬਣਾ ਬਣ ਕੇ, ਪਿੰਡ ਸ਼ਹੀਦ ਬਣ ਗਏ ਜੀ, ਉਹਨੇ ਸਾਰਿਆਂ ਨੂੰ ਕਰਕੇ 500 ਦੇ ਦਿਨ ਆ ਲਈਏ, 13,000 ਪਿੰਡ ਨੂੰ 500 ਨਾਲ ਗੁਣਾ ਕਰ ਲਓ, ਇੰਡੀਆ ਨੂੰ ਨੌਕਰੀ ਦੇ ਸਕਣਗੇ ਨਹੀਂ ਦੇ ਸਕਣਗੇ? ਪਰ ਮੈਂ ਸਟੇਜ ਤੇ ਖੜ ਕੇ ਇਹਨਾਂ ਦੇ ਕਰਦੇ ਸੌ ਮੈਂ ਜਵਾਨੀ ਸਰਵਿਸ ਕਰਕੇ ਕਹਿਣਾ ਕਿ ਕੈਪਟਨ ਨੂੰ ਦੱਸਿਆ 2 ਸਾਲ ਹੋ ਗਏ, 3 ਸਾਲ ਤੇ ਤੂੰ ਪਤਾ ਨਹੀਂ ਮਿਲਣਗੇ ਕਿ ਨਾ ਮਿਲਣਗੇ, ਸ਼ਰਤਾਂ ਮੈਨੂੰ ਸ਼ਰਤ ਜਾ ਮਿਲਣ। ਪਰ ਚਲੋ, ਲੋਕਾਂ ਨੇ ਕਿਹਾ ਵੀ 3 ਸਾਲ ਰਹਿੰਦੇ ਨੇ, ਤੇ 3 ਸਾਲ ਦੇ ਵਿੱਚ 13,000 ਪਿੰਡਾਂ 'ਚ ਇੱਕ ਪਿੰਡ ਵਿੱਚ ਘਰ ਘਰ ਨਹੀਂ, 50-50 ਇਕੱਠੇ 84 ਲਾਵੇ ਸਰਕਾਰੀ, ਜਿਹਨੂੰ PN ਕਹਿੰਦੇ ਨੇ, ਚੌਥੇ ਦਰਜੇ ਦੀ ਪੋਸਟ ਕਹਿੰਦੇ ਨੇ, ਸਰਕਾਰੀ ਲਾਵੇ ਸਰਕਾਰ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।